ਬਿਲਕੁਲ ਹਾਂਜੀ ਕਿਦਾਂ ਜੀ ਸਾਰੇ ਵਧੀਆ ਆਪਾਂ ਬਹੁਤ ਵਧੀਆ ਅੱਜ ਆਪਾਂ ਇਸ ਫਾਰ ਮੇਲੇ ਤੇ ਆਏ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਇੰਜੋਏਮੈਂਟ ਕਰਾਂਗੇ ਆਪਣੀ ਲੇਕਿਨ ਉਹਰੇ ਆਵਾਜ਼ ਬਹੁਤ ਜ਼ਿਆਦਾ ਭਾਈ ਜਿਹਦੇ ਕਰਕੇ ਮੇਰੇ ਖਿਆਲ ਨਾਲ ਆਵਾਜ਼ ਆਉਣੀ ਨਹੀਂ ਹੈਗੀ ਬਾਕੀ ਤੁਹਾਨੂੰ ਦਿਖਾਉਣਨੇ ਆ ਚਲੋ ਚੱਲਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਅੰਦਰ ਜਾ ਕੇ ਜੀ ਮਿੱਟੀ ਗੱਡੀ ਤੇ ਫੇਰ ਆਪਾਂ ਉਰੇ ਦਰਸ਼ਨ ਕੀਤੇ ਦਰਸ਼ਨ ਆਪਣੇ ਬਹੁਤ ਵਧੀਆ ਹੋਗੇ ਭੀੜ ਬਹੁਤ ਸੀਗੀ ਲੇਕਿਨ ਆਪਾਂ ਆਪਣੇ ਦਰਸ਼ਨ ਵਧੀਆ ਹੋਗੇ ਬਾਕੀ ਤੁਸੀਂ ਆ ਦੇਖੋ ਕਿੰਨੀ ਵਧੀਆ ਆਰਟ ਐਂਡ ਕ્રાਫਟ ਕੀਤਾ ਹੈ ਵਾ ਬਾਕੀ ਤੁਸੀਂ ਬਾਹਰ ਹੁੰਦੇ ਸਾਰੀਆਂ ਨਾ ਬਾਹਰ ਬਾਹਰ ਹੁੰਦੇ ਸਾਰੀਆਂ ਤੁਹਾਨੂੰ ਰਿਆ ਪਾਥੀਆਂ ਮਿਲਣਗੀਆਂ ਬਹੁਤ ਮਿੱਠੀਆਂ ਹੁੰਦੀਆਂ ਨੇ ਬਾਕੀ ਝੂਟੇ ਲੱਗੇ ਨੇ ਚੰਡੋਲ ਬਹੁਤ ਉੱਚੇ-ਉੱਚੀ ਨੇ ਇਹਨਾਂ ਦੇ ਹੁਣ ਜਾ ਕੇ ਨਜ਼ਾਰੇ ਲੈਣੇ ਆ ਲੋਈ ਆਪਾਂ ਟਿਕਟ ਲੈ ਲਈ ਆ ਤੇ ਹੁਣ ਦਰ ਜਾ ਕੇ ਬਹਿਣਾ ਆਪਣੀ ਥੋੜੀ ਬਾਰੀ ਬਾਅਦ ਚ ਆਉਣੀ ਆ ਤੇ ਹੈਗਾ ਬਹੁਤ ਉੱਚਾ ਵਾ ਬਹੁਤ ਡਰ ਲੱਗਦਾ ਦੇਖਣ ਨੂੰ ਤਾਂ ਬਾਕੀ ਚੱਲਦੇ ਹੁਣ ਐ ਭਈ ਲਮਾਂਗੇ ਝੂਟੇ ਬਾਅਦ ਚੋ ਲੈਣੇ ਇਹ ਲੋ ਜੀ ਅੰਦਰ ਆ ਗਿਆ ਤੇ ਹੁਣ ਆਪਾਂ ਬਹਿਣਾ ਆਪਣੀ ਵਾਰੀ ਆਉਣੀ ਆ ਹਲੇ ਦੂਸਰੇ ਬੰਦੇ ਬੈਠਣਗੇ ਪਹਿਲਾਂ ਦੇਖਣ ਨੂੰ ਤਾਂ ਬੜਾ ਡਰ ਲੱਗਦਾ ਉਚਾਈ ਬਹੁਤ ਆ ਦੇਖੋ ਕਿੰਨੀ ਉੱਚ ਹੈ ਪਹਿਲਾਂ ਤਾਂ ਡਰ ਘੱਟ ਲੱਗਦਾ ਸੀ ਜਦ ਉੱਪਰ ਵਿੱਚ ਬੈਠਾ ਤਾਂ ਫਿਰ ਡਰ ਥੋੜਾ ਜ਼ਿਆਦਾ ਲੱਗਿਆ ਲੇਕਿਨ ਮਜ਼ਾ ਬਹੁਤ ਆਇਆ ਲੇਕਿਨ ਆ ਸਾਹਮਣੇ ਵਾਲੇ ਜਿ ਬਹਿਣਾ ਸੀਗਾ ਸਾਹਮਣੇ ਵਾਲੇ ਦੋ ਤਿੰਨ ਵਾਰੀ ਰੁਕ ਗਿਆ ਜਿੰਨੀ ਵਾਰੀ ਚ ਆਪਣੇ ਇੱਕ ਪੂਰਾ ਹੋਇਆ ਤਾਂ ਉਹਦੇ ਦੋ ਤਿੰਨ ਵਾਰੀ ਰੁਕ ਗਿਆ ਆ ਪੱਲਾ ਮੈਂ ਪੜਿਆ ਹੋਇਆ ਸੀਗਾ ਤੇ ਬਾਅਦ ਵਿੱਚ ਫਿਰ ਵੀਡੀਓ ਬਣਾਉਣ ਦੇ ਕਰਕੇ ਮੈਂ ਹੱਥ ਛੱਡ ਛੱਡਿਆ ਲੇਕਿਨ ਡਰ ਬਹੁਤ ਲੱਗਦਾ ਪਿਆ ਅੰਦਰੋਂ ਅੰਦਰ ਹੀ ਡਰ ਕੇ ਆ ਕੇ ਜੀਤ ਹੈ ਮੌਂਟੇ ਡਿਊਪੀ ਕੇ ਜਾਣੀ ਸੀ ਫੀਤੀ ਨਹੀਂ ਹਲੇ ਬਾਕੀ ਬਾਕੀ ਹੁਣ ਤੁਸੀਂ ਹਾਈਟ ਦੇਖੋ ਕਿੰਨੀ ਉੱਪਰ ਜਾਵਾਂਗੇ ਦੇਖੋ ਜੀ ਇੰਨੀ ਉੱਪਰ ਜਾਂਦਾ ਨਾ ਇੱਕ ਵਾਰੀ ਤਾਂ ਡਰ ਤਾਂ ਜ਼ਰੂਰ ਲੱਗਦਾ ਡਰ ਤਾਂ ਜ਼ਰੂਰ ਲੱਗਦਾ ਲੇਕਿਨ ਨਜ਼ਾਰੇ ਬਹੁਤ ਆਉਂਦੇ ਨੇ ਤੁਸੀਂ ਵੀ ਜ਼ਰੂ ਟਰਾਈ ਕਰਿਓ ਬਾਕੀ ਆ ਮੈਂ ਹੋਰੇ ਹੁਣ ਕੁਝ ਬੋਲਿਆ ਸੀਗਾ ਮੈਨੂੰ ਯਾਦ ਨਹੀਂ ਮੈਂ ਕੀ ਬੋਲਿਆ ਸੀਗਾ ਆਵਾਜ਼ ਪ੍ਰੋਪਰ ਆਈ ਨਹੀਂ ਸ਼ੋਰ ਸ਼ਰਾਬਾ ਬਹੁਤ ਸੀਗਾ ਬਾਕੀ ਨਾ ਮੈਂ ਬ੍ਰੇਕ ਡਾਂਸ ਝੂਟੇ ਲਏ ਸੀਗੇ ਇਹ ਬਹੁਤ ਜ਼ਿਆਦਾ ਵਧੀਆ ਨੇ ਬਹੁਤ ਘੈਂਟ ਆ ਮੈਨੂੰ ਬਸ ਵਧੀਆ ਲੱਗੇ ਤੇ ਬਹੁਤ ਸਪੀਡ ਨਾਲ ਘੁੰਮਦਾ ਜੇ ਤੁਸੀਂ ਆਹ ਸਪੀਡ ਦੇਖੋ ਹਣ ਕਿੰਨੀ ਸਪੀਡ ਤੇ ਇਹਨੇ ਗੋਲ-ਗੋਲ ਘੁਮਾਇਆ ਇੱਥੇ ਲੋਏ ਦਾ ਪੈਪ ਹੁੰਦਾ ਉਹਨੂੰ ਫੜ ਕੇ ਬੈਠਾ ਹੋਇਆ ਸੀ ਮੈਂ ਤਾਂ ਹਿੱਲਿਆ ਹੀ ਨਹੀਂ ਹੈਗਾ ਤੇ ਮੋਬਾਈਲ ਨੂੰ ਵੀ ਕੱਸ ਕੇ ਪਕੜਿਆ ਸੀ ਕਿਤੇ ਮੇਰੇ ਵੀਡੀਓ ਦੇ ਚੱਕਰ 'ਚ ਮੋਬਾਈਲ ਡੇਪਾਂ ਦਾ ਲੇਕਿਨ ਫਨ ਸੀਗਾ ਬਹੁਤ ਵਧੀਆ ਨਜ਼ਾਰੇ ਆ ਆਪਾਂ ਨੂੰ ਕੈਂਟ ਲੱਗਿਆ ਆਪਾਂ ਤਾਂ ਅੱਗੇ ਤੋਂ ਵੀ ਜ਼ਰੂਰ ਜਾਵਾਂਗੇ ਤੇ ਇਹ ਝੂਟੇ ਜ਼ਰੂਰ ਲਾਵਾਂਗੇ ਕਿਉਂਕਿ ਲਾਈਵ ਦੇ ਵਿੱਚ ਫਨ ਜ਼ਰੂਰੀ ਹੈ ਤੇ ਉਹ ਕਰਦੇ ਰਹਿਣਾ ਚਾਹੀਦਾ ਵਾ ਤੇ ਹੋਰ ਇਸੀ ਟਿਕਟ ਵੀ ਸਿਰਫ 50 ਰੁਪਏ ਕੋਈ ਖਾਸ ਨਹੀਂ ਹੈਗੀ ਤੁਸੀਂ ਜਰੂਰ ਜਾਇਓ A few moments later ਆਓ ਤੁਹਾਨੂੰ ਇਹ ਸਪੈਸ਼ਲ ਹੈ ਜਰੂਰ ਲਿਓ ਤੁਸੀਂ ਹਾਂ ਜੀ ਆਪਾਂ ਕਰੀਟ ਪਹੁੰਚ ਚੁੱਕੇ ਹਾਂ ਤੇ ਉੱਥੇ ਬਹੁਤ ਜ਼ਿਆਦਾ ਰਸ਼ ਸੀਗਾ ਤੇ ਬਹੁਤ ਜ਼ਿਆਦਾ ਆਵਾਜ਼ ਸ਼ੋਰ ਸਿਰਫ বাজ ਗਿਆ ਤਾਂ ਕਰਕੇ ਉੱਥੇ ਜ਼ਿਆਦਾ ਵੀਡੀਓ ਬਣਾ ਨਹੀਂ ਸਕੇ ਤੇ ਬਾਕੀ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਮਿਲਦੇ ਹਾਂ ਜੀ ਆਪਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਜਦ ਤੱਕ ਲਈ ਸਟੇ ਟਿਊਨ